ਇਹਦੇ ਕੱਪੜੇ ਸੁੱਕਣੇ ਰੱਖੇ ਸੀ ਉੱਤੇ, ਉਹ ਥੱਲੇ ਲੈ ਆਓ ਤੇ ਮੀਂਹ ਆ ਗਿਆ। ਤੂੰ ਬੋਲਦਾ ਕਿਵੇਂ ਤੂੰ? ਨਹੀਂ ਚੱਕਰ ਤੇ ਲੈ ਕਾਕਾ, ਚੱਕਰ ਵਾਲੀ ਕਿਹੜੀ ਗੱਲ, ਤੁਸੀਂ ਕਾਨੂੰਨ ਤੋਂ ਬਾਹਰ ਹੋਈ ਜਾਂਦੇ ਹੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਸਵਾਗਤ ਆ ਆਪਣੀ ਨਵੀਂ ਵੀਡੀਓ ਦੇ ਵਿੱਚ। ਹੁਣ ਨਾ ਮੈਂ ਕਾਲਜ ਤੋਂ ਆ ਰਿਹਾ ਸੀਗਾ ਅਤੇ ਮੇਰੇ ਦਿਮਾਗ ਦੇ ਵਿੱਚ ਇੱਕ ਬਹੁਤ ਘੈਂਟ ਆਈਡੀਆ ਆ, ਅੱਜ ਆਪਾਂ ਪ੍ਰੈਂਕ ਕਰਾਂਗੇ। ਤੁਸੀਂ ਬਸ ਦੇਖੀ ਚੱਲੋ ਸ਼ੁਰੂ ਤੋਂ ਲੈ ਕੇ ਲਾਸਟ ਤੱਕ। ਹਰਸ਼ ਨੇ ਘਰੇ ਹੀ ਆ ਅਤੇ ਮੈਂ ਆਪਣਾ ਕਾਲਜ ਨਿਪਟਾ ਕੇ ਆ ਗਿਆ ਸੀਗਾ ਅਤੇ ਹੁਣ ਆਪਾਂ ਘਰੇ ਚੱਲਦੇ ਹਾਂ। ਅਤੇ ਸਭ ਤੋਂ ਪਹਿਲਾਂ ਪ੍ਰੈਂਕ ਹੀ ਬਹੁਤ ਘੈਂਟ ਆ, ਮੈਂ ਜਾ ਕੇ ਕਹੂੰਗਾ ਕਿ ਮੇਰੀ ਐਕਟਿਵਾ ਤਾਂ ਨਾ ਚਲਾਨ ਹੋ ਗਿਆ, ਪੁਲਿਸ ਵਾਲੇ ਨੇ ਰੋਕ ਲਈ, ਮੇਰੇ ਤੋਂ 1000 ਰੁਪਇਆ ਲੈ ਲਿਆ ਫਲਾਣਾ ਢਿੰਗੜਾ ਕਰਕੇ, ਹੈ ਨਾ। ਪ੍ਰੈਂਕ ਕਰਦੇ ਮੈਂ ਸੋਚਿਆ ਵਾ ਅਤੇ ਚਲੋ ਦੇਖਦੇ ਉਹਨਾਂ ਦੇ ਰਿਐਕਸ਼ਨ ਕਿਵੇਂ ਦੇ ਹੁੰਦੇ ਆ ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ। ਜਿਹਨੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ, ਬੈਲ ਕਨੋਲ 'ਤੇ ਕਰ ਲਓ ਅਤੇ ਚਲੋ ਹੁਣ ਆਪਾਂ ਘਰੇ ਚੱਲਦੇ ਹਾਂ ਅਤੇ ਪ੍ਰੈਂਕ ਨੂੰ ਸ਼ੁਰੂ ਕਰਦੇ ਹਾਂ। ਹੈਂ, ਡਰ ਲੱਗਦਾ ਪਿਆ, ਮੈਂ ਚਲਾਨ ਹੋ ਗਿਆ ਸਕੂਟਰੀ ਦਾ। ਸਕੂਟਰੀ ਦਾ ਚਲਾਨ? ਸੱਚੀ? ਪੁਲਿਸ ਵਾਲਿਆਂ ਨੇ ਰੋਕ ਲਿਆ, 1000 ਰੁਪਇਆ ਲੈ ਲਿਆ। ਕੋਈ ਡਰ ਨਾ ਖਾਣੀ, ਐਵੇਂ ਸਕੂਟਰੀ ਦਾ ਚਲਾਨ ਕਰਦੇ ਹੀ ਨਹੀਂ ਹੋ? ਕਰਤਾ, ਮੈਂ ਕਾਗਜ਼ ਵੀ ਹੈ ਨਹੀਂ ਸੀ। ਕਾਗਜ਼ ਤਾਂ ਗੱਡੀ ਵਿੱਚ ਪਏ ਨੇ ਸਕੂਟਰੀ ਦੇ। ਹੈਗੇ ਨੇ ਉਹਦੇ ਚ? ਮੈਂ ਤਾਂ ਉਹਨਾਂ ਨੂੰ ਕਿਹਾ ਮੇਰੇ ਕੋਲ ਹੈ ਹੀ ਨਹੀਂ। ਤੂੰ ਦੇਖਦਾ ਸਹੀ ਹੁੰਦੇ ਚ ਫੀਡ ਚ 1000 ਰੁਪਇਆ ਲੈ ਲਿਆ ਉਹਨਾਂ ਨੇ। ਉਹੀ ਐਵੇਂ ਮਰੀ ਜਾ ਰਹਿਣਾ? ਨਹੀਂ ਸੱਚੀ ਮਜ਼ਾਕ ਨਹੀਂ, ਜੇ ਪੈਸੇ ਲੈ ਗਿਆ ਤੁਹਾਡੇ ਤੋਂ। ਨਹੀਂ, ਜਿਹੜਾ ਚਲਾਉਣਾ ਤਾਂ ਮੋਟਰਸਾਈਕਲ ਦਾ ਹੀ ਹੁੰਦਾ, ਸਕੂਟਰੀ ਦਾ ਹੁੰਦਾ ਹੀ ਨਹੀਂ ਚਲਾਉਣਾ। ਕਿਉਂ ਨਹੀਂ? ਮੇਰਾ ਹੋ ਗਿਆ ਕਿਤੇ ਰੋਕ ਪਈ, ਤੇਰੀ ਏਜ ਕਿੰਨੀ ਆ, ਲਾਇਸੈਂਸ ਹੈਗਾ ਤੇਰੇ ਕੋਲ? ਮੈਨੂੰ ਐਂ ਪੁੱਛਣ ਲੱਗ ਗਏ ਝਾਂਸਰਾਣੀ ਚੌਂਕ। ਏਜ ਤਾਂ ਮੇਰੀ 18 ਸਾਲ ਤੋਂ ਉੱਪਰ ਹੈ। ਮੈਂ ਕਿਹਾ ਸੀਗਾ ਏਜ ਤਾਂ ਮੇਰੀ ਹੈਗੀ, ਕਹਿੰਦੇ ਲਾਇਸੈਂਸ ਕਿੱਥੇ ਆ ਫਿਰ ਤੇਰਾ? ਮੈਂ ਕਿਹਾ ਉਹ ਤਾਂ ਹੈ ਨਹੀਂ ਗਾ। ਪਰ ਰੋਕ ਲਿਆ ਫਿਰ ਹੁਣ ਕੀ? 1000 ਰੁਪਏ ਗਏ ਤੇਰੇ ਕੋਲ? ਹਾਂ, ਸਵੇਰੇ 2500 ਲੈ ਕੇ ਤਾਂ ਗਿਆ ਸੀਗਾ। ਉੱਥੇ ਪੂਜਾ ਆਇਆ ਜਾ ਕੇ ਉਹਨਾਂ ਨੂੰ, ਬਾਕੀ ਹੈਗੇ ਇਹਨੇ ਰਿਐਕਸ਼ਨ ਆਏ ਨਹੀਂ ਮੰਮੀ ਦੇ ਯਾਰ। ਚਲੋ ਹਰਸ਼ ਦੇ ਦੇਖਦੇ, ਮਜ਼ਾਕ ਕਰਦਾ, ਪ੍ਰੈਂਕ ਸੀਗਾ ਪ੍ਰੈਂਕ। ਹਾਂ ਹਾਂ, ਹਰਸ਼ ਨੂੰ ਪੁੱਛਦੇ ਹੈਂ। ਹਰਸ਼ ਉਰੇ ਆਈ, ਚਲਾਉਣ ਹੋ ਗਿਆ ਸਕੂਟਰੀ ਦਾ। ਕਿਉਂ, ਇਹ ਕਿਵੇਂ ਹੋ ਗਿਆ? ਮਤਲਬ ਤੂੰ ਹੈਲਮਟ ਨਹੀਂ ਪਾਈ? ਝਾਂਸਰਾਣੀ ਚੌਂਕ ਲੈ ਗਿਆ ਮੈਂ ਗੱਡੀ, ਗੱਡੀ ਗਈ ਗੱਡੀ ਸਕੂਟਰ ਹੀ ਭਰਾਵਾ, ਡਰ ਗਿਆ ਮੈਂ ਹੁਣੇ ਲੈ ਕੇ। ਬਟਨ ਤਾਂ ਲਾ ਚੱਜ ਨਾਲ। ਅੱਛਾ, ਇੱਕ ਮਿੰਟ, ਹੋ ਕਿਵੇਂ ਗਿਆ? ਬਹੁਤ ਝਾਂਸਰਾਣੀ ਚੌਂਕ ਲੈ ਗਿਆ ਸੀਗਾ। ਸਕੂਟਰੀ ਤਾਂ ਹੈਗੀ ਆ? ਸਕੂਟਰੀ ਤਾਂ ਹਜੇ ਹੈਗੀ ਆ, 1000 ਰੁਪਇਆ ਲੈ ਲਿਆ ਉਹਨਾਂ ਨੇ। ਸਕੂਟਰੀ ਦਾ ਹੁੰਦਾ ਚਲਾਉਣ ਦਾ? ਹੁੰਦਾ ਲੈ। ਹਾਂ, ਲਾਇਸੈਂਸ ਹੈ ਨਹੀਂ ਸੀਗਾ ਮੇਰੇ ਕੋਲ। ਹਰੇਕ ਚੀਜ਼ ਦਾ ਚਲਾਉਣਾ ਸਿਰਫ ਉਹ ਤੋਂ ਛੱਡ ਕੇ ਆਪਣਾ ਸਾਈਕਲ ਦਾ, ਪਟਰ ਦਾ ਛੱਡ ਕੇ ਚੱਲਾ, ਪਟਰ ਦਾ ਵੀ ਚਲਾਉਣਾ ਕਿਉਂ, ਛੱਡ ਕੇ ਕਿਉਂ? ਅੱਛੀ ਲੈ ਲਿਆ 1000 ਰੁਪਇਆ। ਪਾਗਲ ਬਿਨਾਂ ਬਿਨਾਂ ਹੀ ਮੇਰੇ ਕੋਲ ਨਵਾਂ ਲਾਇਸੈਂਸ ਸੀ ਨਾ ਕਾਗਜ਼ ਪੁੱਤਰ, ਕਾਗਜ਼ ਪੁੱਤਰ ਹੈਗੇ ਸੀ ਉਹਦੇ ਚ, ਮੇਰੇ ਮੂੰਹ ਚੋਂ ਨਿਕਲ ਗਿਆ ਹੈ ਨਹੀਂ। ਸਕੂਟਰੀ ਚੰਗੇ ਭਲੇ ਕਾਗਜ਼ ਪਏ ਇਹ ਸੀਗੇ, ਫਿਰ ਤੂੰ ਕਦੋਂ ਕਿਹਾ ਹੈ ਨਹੀਂ ਗੇ? ਮੈਨੂੰ ਮੰਮੀ ਨੇ ਦੱਸਿਆ ਹੁਣ ਵੀ ਹੈਗੇ ਸੀ ਉਹਦੇ ਚ। ਤੇ ਤੂੰ ਦੇਖਦਾ ਤਾਂ ਸਹੀ ਆਪਣੇ ਆਪ ਹਣਾ ਹੀ ਜਿੰਨੀ ਜ਼ਿਆਦਾ ਮੈਂ ਵੇਟ ਕਰੂੰਗਾ ਓਨੀ ਮੇਰੀ ਵਿਨਿੰਗ ਵੱਡੀ ਹੁੰਦੀ ਜਾਊਗੀ, ਪਰ ਮੇਨ ਚੀਜ਼ ਇਹਦੇ ਵਿੱਚ ਇਹ ਆ, ਇਹਨੂੰ ਟਾਈਮ ਤੇ ਰੋਕਣਾ।
ਯੈਸ, ਹੁਣ ਮੈਂ ਇੱਥੇ 4 ਗੁਣਾ ਅਮਾਊਂਟ ਜਿੱਤ ਚੁੱਕਿਆ। ਅੱਜ ਤਾਂ ਮੈਂ ਬਹੁਤ ਜ਼ਿਆਦਾ ਲੱਕੀ ਸੀ ਯਾਰ। ਤੁਸੀਂ ਵੀ ਇਹਨੂੰ ਪਲੇਅ ਕਰੋ, ਡਿਸਕ੍ਰਿਪਸ਼ਨ ਬੋਕਸ ਵਿੱਚ ਲਿੰਕ ਹੈਗਾ। ਤੁਹਾਡੇ ਫਸਟ ਡਿਪੋਜ਼ਿਟ ਤੇ ਮੇਰਾ ਪ੍ਰੋਮੋ ਕੋਡ ਯੂਜ਼ ਕਰਨ ਤੇ ਤੁਹਾਨੂੰ ਮਿਲ ਜਾਣਗੇ 20,000 ਰੁਪਏ, ਜੋ ਕਿ ਆ JAGRA। ਹੁਣੇ ਰਜਿਸਟਰ ਕਰੋ, ਤੁਸੀਂ ਵੀ ਲੱਕੀ ਹੋ ਸਕਦੇ। ਚਲੋ ਹੁਣ ਆਪਾਂ ਵੀਡੀਓ ਵੱਲ ਵੱਧਦੇ ਹਾਂ। ਚਲੋ ਕੋਈ ਗੱਲ ਨਹੀਂ, ਹੋ ਜਾਂਦਾ ਕਦੇ ਕਦੇ, ਪਰ ਮੇਰਾ ਅੱਜ ਤਾਂ ਪਹਿਲੀ ਵਾਰੀ ਹੋਇਆ ਜ਼ਿੰਦਗੀ 'ਚ, ਅੱਗੇ ਨਹੀਂ ਕਦੇ ਹੋਇਆ। ਹੈ ਤਾਂ ਕੀ ਹੋਇਆ, ਦਿੱਤੀ ਹੋਈ ਕੋਈ ਨੀ, ਜਾਂ 500 ਰੁਪਏ ਵੀ ਦਿੱਤਾ ਜੇ ਦਏਗਾ, ਜੇ ਫੇਰ ਤਾਂ ਚੱਲ ਨਹੀਂ ਦਿੰਦੇ, ਕਿਉਂਕਿ ਉਹਨੂੰ ਪਤਾ ਫਿਰ ਉਹ ਲੈਣ ਦੇਣਾ ਚਾਹ ਪਾਣੀ। ਪਰ ਜੇ 1,000 ਦੇ ਫਿਰ ਸਲਿੱਪ ਤਾਂ ਦੇਣਗੀ ਕੋਈ ਨਾ ਕੋਈ, ਕਿਉਂ ਵੀ ਮੈਂ ਉਹੀ ਮਾਰਦਾ ਖਾ ਕੇ ਆਇਆ ਹੁਣ ਆੜੀਆਂ ਉੜੀਆਂ ਨਾਲ ਇਹ। ਨਹੀਂ ਸੱਚੀ, ਦੇਖ ਅੱਗੇ ਕਦੇ ਗਿਆ ਜ਼ਿੰਦਗੀ ਦੇ ਵਿੱਚ ਇਸ ਕਾਲਜ, ਮੈਂ ਬਿਮਾਰ ਹਾਂ, ਸਾਡੇ ਫੰਕਸ਼ਨ ਆ, ਮੇਰੇ ਫੇਅਰਵੈਲ ਆ, ਅੱਜ 1,000 ਰੁਪਇਆ ਲੈ ਗਿਆ, ਠੀਕ ਆ, ਫੀਸ ਭਰਾਉਣ ਦਾ ਕਹਿ ਕੇ, ਨਾਲੇ 1,000 ਰੁਪਇਆ ਫੀਸ ਆ ਕਾਲਜ ਦੀ। ਨਹੀਂ ਨਹੀਂ ਉਹ ਟ੍ਰਿਪ ਦੀ, ਟ੍ਰਿਪ ਦੀ 25,000 ਦੀ, ਟ੍ਰਿਪ ਦੀ ਗਿਆ, 2,500 ਰੁਪਇਆ ਉਹਨੇ ਲੈਣਾ ਸੀਗਾ, 1,000 ਰੁਪਇਆ ਉਹਨੂੰ ਦੇ ਦਿੱਤਾ। ਟ੍ਰਿਪ ਦਾ ਹੁਣ 2,500 ਰੁਪਏ ਕਹਿ ਕੇ ਲੈ ਗਿਆ ਨਾ, 1,000 ਰੁਪਇਆ ਤੁਹਾਡੇ ਤੋਂ ਲੈ ਗਿਆ, ਖਰਚ ਖੁਰਚ ਕੇ ਆਰੀ ਉਹਦੇ ਨਾਲ ਆ ਗਿਆ ਹੁਣ ਆਉਣੇ। ਇਹ ਤੈਨੂੰ ਦੱਸਣਾ ਹੀ ਨਹੀਂ ਸੀਗਾ, ਜੇ ਮੈਂ ਖਰਚਾ ਵੀ ਹੁੰਦਾ ਮੈਂ ਲੋੜ ਕੀ ਸੀ ਆ ਕੇ ਦੱਸਣ ਦੀ। ਕਿਉਂ ਦੱਸਣਾ, ਕਿਉਂ ਨਹੀਂ ਸੀਗਾ, ਉਹ ਤੂੰ ਦੁਬਾਰਾ ਮੰਗੇਗਾ ਵੀ ਉਹ ਚਲਾਨ ਹੋ ਗਿਆ, ਦੁਬਾਰਾ ਦਿਓ। ਉਹ ਤਾਂ ਫਿਰ ਦਿਓ, ਫਿਰ ਦੇਖ ਲਓ, ਜਾਣ ਕੇ ਕਰਦਾ ਵੀ ਖਾ ਕੇ ਆਇਆ ਪਿਆ। ਨਹੀਂ ਬਾਈ ਖਾ ਕੇ ਨਹੀਂ ਆਇਆ ਹੈਗਾ, ਉਹਨਾਂ ਨੇ ਮੈਥੋਂ ਭਾਵੇਂ ਤੈਨੂੰ ਪਛਾ ਦੇਣਾ ਜਾ ਕੇ ਉੱਥੇ ਚੌਂਕ ਚਲ ਚਲੀ ਚਲਾ ਜਾ ਆ ਜਾ ਆ ਜਾ ਮਜ਼ਾਕ ਮਜ਼ਾਕ ਕੀ ਮਜ਼ਾਕ ਨਹੀਂ ਚਲਾਨ ਨਹੀਂ ਹੋਇਆ ਕੁਛ ਜੀ, ਪ੍ਰੈਂਕ ਸੀਗਾ। ਹੁਣ ਤਾਂ ਹੋਇਆ, ਨਹੀਂ ਸੱਚੀ ਮਜ਼ਾਕ ਆ, ਕਦੇ ਸੱਚੀ ਪ੍ਰੈਂਕ ਨਹੀਂ ਹੈ, ਕਦੇ ਸੱਚੀ ਮਜ਼ਾਕ ਆ। ਇੱਕ ਗੱਲ ਦੱਸ ਯਾਰ, ਮਜ਼ਾਕ ਕਰਦਾ ਵਾਂ, ਪ੍ਰੈਂਕ ਕਰਦਾ ਨਹੀਂ, ਮਜ਼ਾਕ ਕਰਦਾ ਨਹੀਂ, ਮਜ਼ਾਕ ਕਰਦਾ ਪਿਆ ਵਾਂ, ਮਜ਼ਾਕ ਕਰਦਾ ਪਿਆ। ਮਜ਼ਾਕ ਕਰਕੇ ਸੌ ਗਿਆ ਤੂੰ, ਪੈ ਗਿਆ ਪਿਆ ਵਾਂ, ਨਹੀਂ ਮਤਲਬ ਮਜ਼ਾਕ ਕਰ ਰਿਹਾ ਸੀਗਾ, ਮਜ਼ਾਕ ਕਰਕੇ ਖੜਾ ਵਾਂ। ਨਹੀਂ ਕੋਈ ਚਲਾਨ ਨਹੀਂ ਹੋਇਆਗਾ ਪੱਕਾ। ਹਾਂ ਹਾਂ ਹਾਂ, 1,000 ਰੁਪਇਆ ਦਿਖਾ ਫਿਰ ਕਿੱਥੇ ਆ, 1,000 ਰੁਪਇਆ ਨੀ ਗਾ, ਉਹ ਦੇ ਜਾਂਦੀ ਫੀਸ, ਫੀਸ ਦੇ ਜਾਂਦੀ 1,000 ਰੁਪਇਆ, 2,500 ਰੁਪਇਆ ਫੀਸ ਸੀਗੀ, ਉਦਾਂ 2,500 ਦੇ ਜਾਂਦੀ, 1,000 ਰੁਪਇਆ ਕਿੱਥੇ ਗਿਆ ਫਿਰ, ਉਹ ਵਿੱਚ ਹੀ, ਤੇ ਬਾਕੀ ਦਾ 1,500 ਕਿੱਥੋਂ ਆਇਆ, ਘਰ ਦੇ ਉਹਦੇ ਲੈ ਗਿਆ ਸੀ 2,500 ਸਵੇਰੇ, ਤੂੰ ਸਵੇਰੇ ਕਿਹਾ ਮੈਂ 1,000 ਰੁਪਇਆ ਤੇ ਮੰਮੀ ਤੋਂ ਲੈ ਕੇ ਗਿਆ ਵਾ, 2,500 ਝੂਠ ਬੋਲਦਾ ਓਏ, 2,500 ਲੈ ਕੇ ਵੀਡੀਓ ਦੇਖੋ ਬਾਈ, ਕਿਸੇ ਕਰਕੇ ਵੀਡੀਓ ਦੇਖੋ, ਇਹਨੇ ਕਿਹਾ ਮੈਂ ਸਵੇਰੇ ਮੰਮੀ ਤੋਂ ਲੈ ਕੇ ਗਿਆ ਸੀਗਾ ਪੈਸੇ। ਨਹੀਂ ਬਾਈ ਕਸੋਲੀ ਜਾਣਾ ਵਾ ਸਾਡਾ ਟ੍ਰਿਪ, ਉਹਦੇ ਲਈ 2,500-2,500 ਰੁਪਏ ਚਾਹੀਦਾ ਸੀ। ਹੁਣ ਬਾਈ ਮੈਂ ਤੇ ਕੈਰੀ ਆਏ ਸੀਗੇ ਬਾਹਰ, ਹਨਾ ਗਿੜਾ ਗੁੜਾ ਕੱਢਣ, ਤੇ ਹੁਣ ਇੱਕ ਹੋਰ ਪ੍ਰੈਂਕ ਸੋਚਿਆ ਵਾ, ਹੁਣ ਆਪਾਂ ਹਰਸ਼ ਨੂੰ ਕਵਾਂਗੇ, ਸਾਡੇ ਤੇ ਸੱਚੀ ਪ੍ਰੈਂਕ ਹੋ ਗਿਆ ਬਾਈ, ਮਤਲਬ ਪ੍ਰੈਂਕ ਨਹੀਂ ਹੋ ਗਿਆ, ਮਤਲਬ ਸਾਡਾ ਸੱਚੀ ਚਲਾਨ ਹੋ ਗਿਆ, ਤੇ ਆਪਾਂ ਕਿਸੇ ਬੰਦੇ ਨਾਲ ਗੱਲ ਕਰਾਵਾਂਗੇ ਵੀ ਆਹ ਗੱਲ ਕਰ ਪੁਲਿਸ ਵਾਲੇ ਨਾਲ, ਤੇ ਪੁਲਿਸ ਵਾਲਾ ਕਹੂਗਾ ਵੀ ਨਾ ਇਹਨਾਂ ਕੋਲ ਕਾਗਜ਼ ਪੱਤਰ ਆ, ਨਾ ਕੋਈ ਲਾਇਸੈਂਸ ਆ, ਇਹ ਐਂ ਫਿਰਦੇ ਆ ਨਾ ਰੋਡ ਤੇ, ਤੇ ਮੋਟਰਸਾਈਕਲ ਵੀ ਮੋਡੀਫਾਈ ਆ, ਬਸ ਹੁਣ ਅਸੀਂ ਗਿੜਾ ਕੱਢਣ ਆਏ ਆ, ਅੱਗੇ ਵੀ ਇੱਕ ਵਾਰ ਹੋਇਆ ਹੀ ਆ, ਇਹਦਾ ਤਾਂ ਪੱਕਾ ਡਨ ਹੀ ਆ। ਹਾਂ ਇੱਕ ਵਾਰੀ ਪਹਿਲਾਂ ਵੀ ਇਹਦੇ ਤੋਂ ਹੋ ਗਿਆ ਸੀਗਾ, ਹੁਣ ਆਹ ਗੱਲ ਨਹੀਂ ਤਾਂ ਸਕੀਏ ਤੋਂ ਹੋ ਗਿਆ, ਹੋ ਗਿਆ ਸੀ ਬਾਈ ਬਾਈ ਤੇਰੇ ਤੋਂ ਹੋਇਆ ਸੀਗਾ, ਤੇ ਹੁਣ ਦੂਜੀ ਵਾਰੀ ਫੇਰ ਆਪਾਂ ਕਵਾਂਗੇ ਵੀ ਹੋ ਗਿਆ। ਪਰ ਬਾਈ ਗੱਲ ਪਤਾ ਕੀ ਆ ਹੁਣ, ਹਾਂ ਜਦੋਂ ਉਹਨੂੰ ਫੋਨ ਲਾਵਾਂਗੇ, ਹਾਂ ਹਾਂ ਤੇਰੇ ਫੋਨ ਤੋਂ ਲਾਵਾਂਗੇ ਵੀਡੀਓ, ਚਾਹੇ ਮੇਰੇ ਫੋਨ ਚ ਰਿਕਾਰਡ, ਹਾਂ ਇਹਦੇ ਫੋਨ ਚ ਵੀਡੀਓ ਰਿਕਾਰਡ ਕਰਾਂਗੇ, ਮੇਰੇ ਫੋਨ ਤੋਂ ਫੋਨ ਲਾਵਾਂਗੇ ਕਾ ਤੋ। ਹਾਂ ਹਾਂ ਪਿਛਲੀ ਵਾਰੀ ਤਾਂ ਉਹਨੇ ਸੱਚਾ ਹੀ ਸਾਲਾ ਹੀ ਘਟਾਣ ਲੱਗ ਗਿਆ, ਤੂੰ ਆਲਾ ਪਹਿਲਾਂ ਵੀ ਕਰਾਦਾ, ਤੇਰੇ ਆ ਵੀ ਖੜੇ ਆ, ਚਲ ਇਧਰ ਕਰ ਲਾ ਕੇ ਹੋ ਗਿਆ। ਹੁਣ ਵਾਲੀ ਵੀਡੀਓ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਓ, ਆਪਾਂ ਹੁਣ ਬੰਦਾ ਲੱਭੀਏ, ਕਿਹਦੇ ਨਾਲ ਗੱਲ ਕਰਾਈਏ ਹਰਸ਼ ਦੀ। ਕਿਉਂ ਮੈਂ ਬੰਦਾ ਨਹੀਂ, ਨਹੀਂ ਮਤਲਬ ਜਾਣਦਾ ਨਾ ਹੋਈ, ਆਵਾਜ਼ ਪਛਾਣ ਲੈਣੀ ਤੇਰੀ ਉਹਨੇ, ਨੰਬਰ ਨਹੀਂ ਕਿਉਂਕਿ ਨਾ ਕੋਈ ਕਾਪੀ ਆ ਨਾ ਕੁਛ ਆ, ਤੁਸੀਂ ਥਾਣੇ ਆ ਜਾਓ। ਲਓ ਵੀ ਮਿੱਤਰੋ ਹੁਣ ਆਪਾਂ ਚਾਚਾ ਮਿਲ ਗਿਆ,
ਪਹਿਲਾਂ ਤੂੰ ਕਹੀ ਗੱਲ ਕਰ। ਹੈਲੋ ਹਰਸ਼। ਹਾਂ ਹਾਂ ਯਾਰ ਇੱਧਰ ਖੜੇ ਸੀ ਅਸੀਂ ਪੜਪੜ ਜਿਹਾ ਲੈ ਕੇ ਆਏ ਸੀਗੇ ਇੱਧਰ ਨੂੰ। ਕੀ ਹੋ ਗਈ ਜੀ? ਪੜਪੜ ਜਿਹਾ ਕਮਲ ਚੌਂਕ ਵੱਲ ਨੂੰ ਲੈ ਕੇ ਆਏ ਸੀਗੇ। ਆ ਮਾੜੀ ਗੱਲ ਕਰੀ ਸਰ ਨਾਲ, ਗੱਲ ਕਰੀ ਸਰ ਨਾਲ, ਗੱਲ ਕਰੀ। ਕੌਣ ਆ? ਕੌਣ ਆ? ਕੌਣ ਆ? ਭਰਾ ਮੇਰਾ ਜੀ। ਹੈਲੋ। ਹਾਂ ਜੀ, ਕੀ ਹਾਲ ਚਾਲ ਨੇ ਸਰ ਜੀ? ਠੀਕ ਆ ਠੀਕ ਆ। ਕੌਣ ਆ ਤੂੰ? ਚੱਕਰ ਵਾਲੀ ਕਿਹੜੀ ਗੱਲ? ਤੁਸੀਂ ਕਾਨੂੰਨ ਤੋਂ ਬਾਹਰ ਹੋਈ ਜਾਂਦੇ ਹੋ। ਇਹ ਦੱਸ ਯਾਸ਼ਿਕਾ ਨੂੰ ਰੱਖੇ ਹੋਏ ਤੁਸੀਂ? ਇਹ ਮੈਨੂੰ ਕੀ ਪਤਾ ਤੁਸੀਂ ਵਰਤਦੇ ਹੋ ਕਿ ਨਹੀਂ ਵਰਤਦੇ, ਘਰੇ ਰੱਖਦੇ ਹੋ ਕੀ ਕਰਦੇ ਹੋ। ਇਹਦਾ ਤਾਂ ਇਹਦਾ ਬਈ ਹੁਣ ਸਿੱਧਾ ਅੰਦਰ ਜਾਊਗਾ, ਨਹੀਂ ਤਾਂ ਉਹਦਾ ਚਲਾਣ ਭਰੋ। ਤੂੰ ਬੋਲਦਾ ਕਿਵੇਂ? ਤੂੰ ਬੋਲਦਾ ਕਿਵੇਂ ਤੂੰ? ਹੈਲੋ। ਹਾਂਜੀ ਹਾਂਜੀ। ਨਹੀਂ ਤੂੰ ਬੋਲਦਾ ਕਿਵੇਂ ਆ? ਨਹੀਂ ਨਹੀਂ ਵੀਰੇ, ਬੰਦ ਹੋਊਗਾ ਚਲਾਉਣ ਚਲਾਉਣ ਨਹੀਂ ਹੋਣਾ। ਇਹ ਸਾਡੇ ਨਾਲ ਚੋੜ ਕਰੇਗਾ? ਸਾਡੇ ਨਾਲ ਚੌੜਾਂ ਕਰਦੇ ਹੋ ਤੁਸੀਂ? ਸਾਨੂੰ ਫੁੱਦੂ ਬਣਾਈ ਜਾਂਦੇ ਹੋ। ਇਹ ਮੋਟਰ ਵਾਲ ਹੈ ਕਹਿੰਦਾ ਵਾ, ਜੇ ਦੋ ਜਣੇ ਖੜੇ ਇਹਨਾਂ ਚੋਂ ਹੈ ਕਹਿੰਦਾ। ਇਹ ਕਿਹੜਾ ਪੱਗ ਵਾਲਾ? ਤੇਰਾ ਵਾ ਇਹ? ਆਰ ਸੀ ਤਾਂ ਦਿਖਾਉਂਦੇ ਸੀ, ਕਹਿੰਦਾ ਮੇਰੇ ਭਰਾ ਦਾ ਵਾ। ਫੀਲਡ ਮਾਰੀ ਮੇਰੇ, ਮੈਂ ਕੁੱਟਦਾ ਇਹਨੂੰ। ਨਹੀਂ ਦਿਖਾਉਣਾ ਕਿ ਵਿਹਲੇ ਤੁਰੇ ਫਿਰਦੇ ਆ ਤੁਹਾਡੇ ਪਾਸ? ਨਹੀਂ ਨਹੀਂ, ਇਹ ਥਾਣੇ ਥਾਣੇ ਜਾਊ ਸਿੱਧਾ, ਮੋਟਰਸਾਈਕਲ ਥਾਣੇ ਮਿਲਣੀ ਜੇ ਮਿਲਣਾ ਵਾ। ਇੱਥੇ ਸਾਡੇ ਕੋਲ ਟਾਈਮ ਨਹੀਂ ਹੋਇਆ। ਕਾਕਾ ਮਾਰ ਪੈਂਦੀ, ਕਿੱਕ ਮਾਰ ਲੈ ਕੇ ਚੱਲੀਆ, ਫੜ ਜਾ ਕਾਕਾ। ਅੰਕਲ ਜੀ ਐਨਾ ਕਰੋ ਜੀ, ਦੇਖੋ ਜੀ। ਨਹੀਂ ਨਹੀਂ ਨਹੀਂ, ਆਹ ਮਾਰ ਦੀ ਮੋਟਰਸਾਈਕਲ ਦੀ ਕਿੱਕ ਯਾਰ ਲੈ ਕੇ ਚੱਲੀਏ। ਐਨਾ ਕਰੋ ਜੀ। ਨਹੀਂ ਨਹੀਂ, ਇਹ ਜਾਊਗਾ ਵੀ ਇਹਦਾ। ਹਾਂ ਓਏ ਪੁਲਿਸ ਵਾਲਿਆ, ਪੁਲਿਸ ਵਾਲਾ ਚੋੜ ਕਰਦਾ ਦੇਖਦਾ। ਚਾਚਾ ਸੀਗਾ, ਚਾਚਾ ਬਬਲਾ, ਚਾਚਾ ਬਬਲਾ, ਚਾਚਾ ਸੀ ਉਹ ਪਰੇ ਡਰ ਗਿਆ ਭਰਾ। ਚਲੋ ਪ੍ਰੈਂਕ ਕੀ ਆ। ਅੱਛਾ ਧੰਨਵਾਦ ਬਾਈ, ਠੀਕ ਆ। ਚਲੋ ਵਧੀਆ ਵਧੀਆ ਵਾ, ਹੋ ਗਿਆ। ਘਰਦੇ ਇਕੱਠੇ ਹੋ ਗਏ? ਨਹੀਂ ਕੁਛ ਨਹੀਂ ਹੋਇਆ, ਡਰੋ ਨਾ, ਕੁਛ ਨਹੀਂ ਹੋਇਆ, ਮਤਲਬ ਮੋਡੀਫਾਈ ਕਰਵਾਇਆ। ਹੈਂ ਚਾਚਾ ਸੀ ਬਬਲਾ, ਠੀਕ ਆ ਠੀਕ ਆ। ਅੱਛਾ ਅੱਛਾ, ਥੋੜ੍ਹੀ ਨੰਗਿਆ, ਠੀਕ ਆ। ਚਲਾ ਚੱਲੀਏ ਘਰੇ। ਓਕੇ, ਹੋ ਗਿਆ ਬਾਈ ਪ੍ਰੈਂਕ ਆਪਣਾ, ਬੰਦ ਕਰ ਦੇ। ਮੈਨੂੰ ਕਹਿੰਦੇ ਪੁਲਿਸ ਨੇ ਫੜ ਲਿਆ, ਮੇਰੀ ਗੱਲ ਵੀ ਕਰਾ ਦੀ ਕਿਸੇ ਬੰਦੇ ਨਾਲ ਇਹਨਾਂ ਨੇ। ਚਾਚੇ ਨਾਲ ਕਰਾ ਦੀ ਗੱਲ, ਚਾਚੇ ਨਾਲ, ਬਬਲੇ ਚਾਚੇ ਨਾਲ, ਥਾਣੇਦਾਰਾਂ ਕੋ ਬੋਲਿਓ ਤਾਂ। ਕਾ ਚੌੜਾ ਕਿਵੇਂ ਹੁੰਦਾ ਓਏ, ਬੋਲਦਾ ਕਿਵੇਂ ਓਏ ਤੂੰ? ਕਹਿੰਦੇ ਮੈਂ ਇਹਨੂੰ ਕਹੀ ਜਾਂਦੀ, ਮੈਂ ਕਿਹਾ ਇੱਦਾਂ ਬੋਲੋ ਚਾਚਾ। ਸਹੀ ਗੱਲ ਆ ਬਈ, ਆਹੋ ਅਸਲੀ ਪੰਗਾ ਪੈ ਜੇ।
ਜਿਹੜੇ ਕੱਪੜੇ ਸੁੱਕਣੇ ਰੱਖੇ ਸੀ ਉੱਤੇ ਉਹ ਥੱਲੇ ਲੈ ਆਓ, ਉੱਤੇ ਮੀਂਹ ਆ ਗਿਆ। ਹਾਂ ਕਣੀਆਂ ਹੀ ਆਈ ਜਾਂਦੀਆਂ, ਧੁੱਪ ਜਿਹੜੀ ਭਾਰੀ, ਕਣੀਆਂ ਜੀ ਕਿੱਥੋਂ ਆਈ ਜਾਂਦੀਆਂ। ਆ ਗਏ ਘਰ ਦੇ, ਦੇਖੋ ਬਾਈ ਵੇਲਾ ਵੂਲਾ ਨੀ ਹੈਗਾ, ਮੈਂ ਕੰਮ ਕਰ ਰਿਹਾ ਆਪਦਾ, ਤੁਹਾਨੂੰ ਮਜ਼ਾ ਆ ਰਿਹਾ ਨਾ ਵਲੌਗ ਦੇਖ ਕੇ, ਬਸ ਇਹ ਕੰਮ ਹੈ ਆਪਣਾ। ਯਾਰ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਚਾਹੁੰਦਾ ਵਾਂ ਜੋ ਕਿ ਮੈਨੂੰ ਯਾਰ ਬਹੁਤ ਹੀ ਜ਼ਿਆਦਾ ਵਧੀਆ ਲੱਗੀ, ਜਿਹਨੇ ਮੈਨੂੰ ਬਹੁਤ ਹੀ ਜ਼ਿਆਦਾ ਮੋਟੀਵੇਟ ਕੀਤਾ। ਅਸੀਂ ਕੱਲ੍ਹ ਗਏ ਸੀ ਨਾਨਕਸਰ, ਹੈ ਨਾ, ਸਾਰੀ ਫੈਮਿਲੀ ਗਏ ਸੀਗੇ, ਅਤੇ ਮੈਂ ਉੱਥੇ ਇੰਨਾ ਵਲੌਗ ਨਹੀਂ ਬਣਾਇਆ, ਅਤੇ ਉੱਥੇ ਮੈਨੂੰ ਇੱਕ ਇੱਦਾਂ ਦਾ ਮੁੰਡਾ ਮਿਲਿਆ ਜਿਹਨੂੰ ਦੇਖ ਕੇ ਮੇਰੀ ਰੂਹ ਖੁਸ਼ ਹੋ ਗਈ। ਤੁਸੀਂ ਵੀ ਉਹਨੂੰ ਦੇਖੋ, ਮੈਂ ਉਹਦੀ ਇਕੱਲੀ ਵੀਡੀਓ ਬਣਾਈ ਸੀਗੀ, ਹੋਰ ਮੈਂ ਉਦੋਂ ਇਲਾਵਾ ਨਹੀਂ ਕੋਈ ਵਲੌਗ ਬਣਾਇਆ ਸੀਗਾ, ਅਤੇ ਤੁਸੀਂ ਉਹ ਵੀਡੀਓ ਦੇਖੋ, ਅਤੇ ਯਾਰ ਦੇਖ ਕੇ ਤੁਹਾਨੂੰ ਵੀ ਬਹੁਤ ਖੁਸ਼ੀ ਹੋਊਗੀ, ਤੁਹਾਡੇ ਭਰਾ ਨੂੰ ਕਿੰਨਾ ਪਿਆਰ ਕਰਦੇ ਆ ਨਾ ਸਾਰੇ ਜਾਣੇ, ਅਤੇ ਤੁਸੀਂ ਉਹ ਵੀਡੀਓ ਦੇਖੋ। ਹੁਣ ਤਾਂ ਦੇਖਦਾ ਹੁੰਦਾ ਬਾਈ ਵਲੌਗ, ਬਹੁਤ ਹੋਰ ਠੀਕ ਠਾਕ ਆ, ਕਿੱਥੇ ਰਹਿੰਦੇ ਹੋ ਜੀ ਤੁਸੀਂ? ਅੱਛਾ ਅੱਛਾ, ਨਾਮ ਕੀ ਇਹਦਾ? ਗੁਰਕੀਰਤ, ਠੀਕ ਆ ਠੀਕ ਆ, ਕਹਿੰਦਾ ਬਹੁਤ ਵਧੀਆ ਲੱਗਦਾ ਵਲੌਗ, ਚੱਲ ਧੰਨਵਾਦ ਵੀਰੇ, ਓਕੇ ਚਲੋ ਠੀਕ ਆ ਜੀ, ਸਤਿ ਸ਼੍ਰੀ ਅਕਾਲ ਵੀਰੇ। ਅਤੇ ਆਪਾਂ ਇਹ ਵਲੌਗ ਨੂੰ ਇੱਥੇ ਐਡ ਕਰਦੇ ਹਾਂ, ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਆਪਾਂ ਮਿਲਦੇ ਹਾਂ ਅਗਲੀ ਘੈਂਟ ਜੀ ਵੀਡੀਓ ਦੇ ਨਾਲ, ਥੈਂਕ ਯੂ ਸੋ ਮਚ।